ਕਰੀ ਵਾਲਾ ਸ਼ਾਹਕੋਟ ਤੋਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਕੌਡੀ ਦੇ ਪਲੇਅਰ ਪੈਦਾ ਲੱਕ ਫੜਿਆ ਆਏ ਹਾਏ ਲਈ ਜੱਟ ਨੇ ਬੜੇ ਬੜੇ ਚਾਪੀਆਂ ਦੇ ਦਿਲ ਡੋਲਦੇ ਆਏ ਛਾਨਾ ਸਿਆਲ ਯਾਰਾਂ ਦਾ ਯਾਰ ਗੌੜੀ ਮਜ਼ੈਲ ਉਹਦਾ ਨਿੱਕਾ ਵੀਰਾ ਖਾਵਰ ਸਿਆਲ ਇੱਕ ਇੱਕ ਪੱਟ ਤੇਰਾ ਸਵਾ ਸਵਾ ਮੰਨਦਾ ਅੱਖਾਂ ਵਿੱਚ ਅੱਖਾਂ ਪਾ ਕੇ ਹਿੱਕ ਜਦੋਂ ਤਣਦਾ ਜਿਹੜਾ ਤੈਨੂੰ ਵੇਖੇ ਉਹ ਕੰਨੀ ਪਿਆ ਭੰਨਦਾ ਚਾਂਦ ਵੜੈਚ ਲੱਗਾ ਈ ਕਰੀ ਵਾਲੇ ਵਾਲਾ ਆ ਚਾਂਦ ਵੜੈਚ ਕਰੀ ਵਾਲਾ ਸ਼ਾਹਕੋਟ ਤੋਂ 3 ਕਿਲੋਮੀਟਰ ਦੇ ਪਿੰਡ ਕਰੀ ਵਾਲਾ ਚੰਦੂ ਇੱਧਰ ਆ ਪੁੱਤਰਾ ਇੱਧਰ ਆ ਮੈਨੂੰ ਬਗਲਾਂ ਕਾਹਦੀ ਦਿਖਾਈ ਜਾਣਾ ਮੈਂ ਤਾਂ ਕੁਛ ਲੈ ਕੇ ਦੇਣਾ ਕਬੱਡੀ ਪਾਉਣ ਵਾਸਤੇ ਰਾਸ਼ਦ ਜੱਟ ਗੜੇ ਮੋੜ ਵਾਲਾ ਆ ਰਾਸ਼ਦ ਜੱਟ ਗੜੇ ਮੋੜ ਵਾਲਾ ਜੀ ਇਸ ਸਾਲ ਕੈਨੇਡਾ ਵੀ ਸੀਜ਼ਨ ਇਹ ਖੇਡਣ ਜਾ ਰਿਹਾ ਹਾਂਜੀ ਖੁਰਸ਼ੀਦ ਆਲਮ ਸੰਧੂ ਸਾਹਿਬ ਨੇ ਇਹਨੂੰ ਸਪੋਂਸਰ ਕੀਤਾ ਦੂਸਰੇ ਪਾਸੇ ਫਿਰ ਵੱਜੀ ਹੋਈ ਕੈਂਚੀ ਲੱਗਦੇ ਹੋਏ ਜ਼ੋਰ ਕਹਿੰਦੇ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਹੈ ਫਿਰ ਲੱਗੀ ਹੋਈ ਕੈਂਚੀ ਸੈਂਟਰ ਜੇਲ੍ਹ ਹੁੰਦੀ ਹੈ ਇੱਧਰ ਆ ਕਰੀ ਵਾਲੇ ਇੱਧਰ ਰਾਜਾ ਬਈ 5 ਨਾਰੇ 35 ਸਵਾ ਲੱਖ ਨਾਰਾ ਹੈ ਹੋਰੀ ਆ ਗਿਆ ਜੀ ਖਾਬਰ ਸਿਆਲ ਕਹਿੰਦਾ ਧਰਤੀ ਦਾ ਦਿਲ ਧੱਕ ਧੱਕ ਕਰਦਾ ਜਾ ਤੂੰ ਪਾਵੇਂ ਰੇਡ ਤੂੰ ਪੰਜਾਬੀ ਸੂਰਮਾ ਪੁੱਤਰ ਤੇਰੇ ਵਰਗਾ ਕੇੜ ਮੂੰਗਲਿਆਂ ਵਾਂਗੂ ਪਿਣੀਆਂ ਤੇਰੀਆਂ ਛਾਤੀ ਜਿਵੇਂ ਛੇੜ ਜੁੱਸਾ ਪੂਰਾ ਭਰ ਮਰਦਾਨਾ ਭਾਈ ਅੱਗੇ ਛੇੜ ਬੈਠਾ ਤੂੰ ਸਭ ਤੋਂ ਜ਼ਰੀਲੇ ਜਾਫੀ ਨੂੰ ਉਹ ਸਭ ਤੋਂ ਜ਼ਰੀਲੇ ਜਾਫੀ ਨੂੰ ਯਾਰ ਤਾੜੀਆਂ ਮਾਰੋ ਇਹੀ ਮੁੰਡਾ ਜਿਹੜਾ ਕੱਲਾ ਸਾਰੀ ਟੀਮ ਨੂੰ ਜਿਤਾ ਦਿੰਦਾ ਹੁੰਦਾ ਚਾਂਦ ਬੜਾ ਚੈਤਰਾ ਜਿੰਦੀ ਗਿੱਦੜੀ ਹੈ ਜਨਮ ਗਿੱਦੜਾ ਨੂੰ ਕਰ ਸ਼ੇਰ ਦੀ ਹੀ ਸਕਦੀ ਸ਼ੇਰ ਪੈਦਾ ਬੀਆਰ ਫਰਮਾਨ ਸਾਹਿਬ ਕਹਿੰਦੇ ਜੇਕਰ ਜ਼ਮੀਨ ਦੇ ਵਿੱਚ ਗਿੱਲ ਹੋਵੇ ਫਸਲ ਹੁੰਦੀ ਜ਼ਮੀਨ ਚੋਂ ਫੇਰ ਪੈਦਾ ਕੀਤੀਆਂ ਮਿਹਨਤਾਂ ਹੋਣ ਜਿਨ੍ਹਾਂ ਮਾਪਿਆਂ ਨੇ ਹੁੰਦੇ ਉਹਨਾਂ ਦੇ ਘਰ ਕੌਡੀ ਦੇ ਪਲੇਅਰ ਪੈਦਾ ਲੱਕ ਫੜਿਆ ਆਏ ਹਾਏ ਆਈ ਜੱਟ ਮੇਰਿਆ ਆ ਜੱਟ ਦੀ ਗਰਾਰੀ ਅੜ ਗਈ ਆ ਵੜੈਚ ਦੀ ਗਰਾਰੀ ਅੜ ਗਈ ਆ ਜੱਟ ਦੀ ਗਰਾਰੀ ਅੜ ਗਈ ਵਰਲਡ ਭਾਈ ਤੁਹਾਡੀ ਵੀ ਗੋਲੀ ਅੜ ਜਾਣੀ ਚਾਹੀਦੀ ਦਾ ਸਮਾਂ ਵੀ ਟਕ ਟਕ ਆਏ ਹੈ ਚਾਂਦ ਇੱਧਰ ਆ ਰਾਣਾ ਬੂਟਾ ਕਾਦਰੀ ਇੱਧਰ ਆ ਚਾਂਦ ਵੜੈਚ ਇੱਧਰ ਆ ਜਰਾ ਪੁੱਤ ਆਇਆ ਬਾਈ ਜਿਹੜੇ ਰੁਪਈਏ ਖਰਚਣ ਡਏ ਆ ਆ ਜਾ ਯਾ ਸਰ ਕੰਬੋ ਆ ਜਾ ਰਾਸ਼ਦ ਜੱਟ ਆ ਗਿਆ ਗੜੇ ਮੋੜ ਵਾਲਾ ਕਹਿੰਦਾ ਸਾਫ਼ ਸਾਫ਼ ਜਾਨ ਹੈ ਬੜਾਈ ਜੱਟ ਨੇ ਜਿੱਦ ਪੂਰੀ ਕਰਕੇ ਦਿਖਾਈ ਜੱਟ ਨੇ ਬੜੇ ਬੜੇ ਜਾਫੀਆਂ ਦੇ ਦਿਲ ਡੋਲਦੇ ਆਏ ਦੇਖ ਜਰਾ ਲੱਗ ਗਿਆ ਬਾਈ ਚਾਂਦ ਵੜੈਚ ਉਹ ਬਾਈ ਤਾੜੀ ਆਉਣ ਤੋਂ ਟਕਾ ਕੇ ਨਾ ਬਾਈ ਹੁਣ ਨੀ ਜਾ ਹੋਣਾ ਹੁਣ ਤੇ ਭਾਵੇਂ ਦਾਤਾ ਸਾਹਿਬ ਦੇਖ ਸੁਖ ਲਾ ਆ ਜਾ ਚਾਂਦ ਇੱਧਰ ਆ।